ਤੁਸਾਂ ਮੈਨੂੰ ਦਿੱਤਾ ਹੈ ਇੱਕ ਕਮਰਾ ਸਥਿਰ ਤੇ ਬੰਦ, ਮਿਣਨਾ ਤੇ ਮੈਂ ਹੈ ਕਿ ਇਸ ਵਿੱਚ ਕਿੰਨੇ ਕਦਮਾਂ ਨਾਲ ਮੀਲ ਬਣਦਾ ਹੈ, ਕਿ ਕਿੰਨੇ ਮੀਲ ਚੱਲ ਕੇ ਕੰਧ ਕੰਧ ਨਹੀਂ ਰਹਿੰਦੀ ਤੇ ਸਫ਼ਰ ਦੇ ਅਰਥ ਸ਼ੁਰੂ ਹੁੰਦੇ ਹਨ। ਤੁਸਾਂ ਮੈਨੂੰ ਕੁਝ ਹੱਕ ਬਖਸ਼ੇ ਹਨ, ਘਰ ਤੋਂ ਜਲਾਵਤਨੀ ਦਾ, ਰੋਟੀ ਲਈ ਮਿੱਟੀ ਹੋਣ ਦਾ, ਮਹਿਬੂਬ ਦੇ ਗਮਾਂ 'ਚ ਦੀਦੇ ਖੋਣ ਦਾ, ਤੇ ਗੁੰਮਣ ਦਾ ਮੌਤ ਦੀ ਭਿਅੰਕਰ ਧੁੰਦ ਵਿੱਚ। ਪਰ ਇੱਕ ਹੱਕ ਹੋਰ ਹੁੰਦਾ ਹੈ ਜੋ ਬਖਸ਼ਿਆ ਨਹੀਂ, ਸਿਰਫ ਖੋਇਆ ਜਾਂਦਾ ਹੈ। ਤੁਹਾਡੇ ਕੋਲ ਇਕਰਾਰਾਂ ਦਾ ਸਮੁੰਦਰ ਮੇਰੇ ਡੁੱਬਣ ਲਈ, ਜਿਸ ਵਿੱਚ ਤਰਦੀਆਂ ਹਨ ਸੁਨਹਿਰੀ ਸੁਪਨਿਆਂ ਦੀਆਂ ਮੱਛਲੀਆਂ। ਪਰ ਪ੍ਰਾਪਤੀ ਦਾ ਕੰਨਾ ਉਜਲ ਹੋਣ ਤੱਕ ਮੈਂ ਫੜ ਲਿਆ ਹੈ ਬੇਵਫਾਈ ਦਾ ਚੱਪੂ, ਤੇ ਹੁਣ ਤੁਹਾਡੇ ਕੋਲ ਬਚਿਆ ਹੈ ਮੈਨੂੰ ਦੇਣ ਲਈ ਇੱਕ ਇਨਾਮ, ਮੌਤ। ਤੇ ਉਹ ਵੀ ਵੱਡਿਓ ਦਾਤਿਓ, ਤੁਹਾਡਾ ਆਪ ਰੱਖਣ ਨੂੰ ਜੀ ਕਰਦਾ ਹੈ। ਤੁਸਾਂ ਮੈਨੂੰ ਕੁਝ ਹੱਕ ਬਖਸ਼ਿਆ।